ਕੀ ਸਮੱਸਿਆ ਆ ਰਹੀ ਹੈ ਤੁਹਾਨੂੰ ਸਕੂਲ ਦੇ ਵਿੱਚ? ਸਰ, ਸਾਡੇ ਸਕੂਲ ਦੇ ਵਿੱਚ ਲੈਕਚਰਾਰ ਨਹੀਂ ਹੈਗੇ ਅਤੇ 12ਵੀਂ ਅਤੇ 11ਵੀਂ ਕਲਾਸਾਂ ਨੂੰ ਇਹ ਸਭ ਤੋਂ ਵੱਡੀ ਸਮੱਸਿਆ ਆ ਰਹੀ ਹੈਗੀ, ਜਿਸ ਕਾਰਨ ਸਾਡੀ ਪੜ੍ਹਾਈ ਚੰਗੀ ਤਰ੍ਹਾਂ ਨਹੀਂ ਹੋ ਪਾਉਂਦੀ। ਅਤੇ ਜਿਹੜੇ ਮਾਸਟਰ ਕੈਡਰ ਦੇ ਟੀਚਰਸ ਹੈਗੇ ਉਹ ਸਾਨੂੰ ਪੜ੍ਹਾਉਂਦੇ ਹੈਗੇ, ਜਿਸ ਕਾਰਨ ਛੋਟੀਆਂ ਕਲਾਸਾਂ ਅਤੇ ਵੱਡੀਆਂ ਕਲਾਸਾਂ ਦਾ ਵੀ ਨੁਕਸਾਨ ਹੋ ਰਿਹਾ ਹੈਗਾ। ਕਿਹੜੇ ਕਿਹੜੇ ਟੀਚਰਾਂ ਦੀ ਮੇਨ ਤੁਹਾਨੂੰ ਮੰਗ ਹੈਗੀ, ਕਿਹੜੇ ਕਿਹੜੇ ਸਬਜੈਕਟ ਹੈ ਜਿਹੜੇ ਕਿ ਤੁਹਾਨੂੰ ਘੱਟ ਲੱਗ ਰਹੀ ਹੈ ਟੀਚਰ ਦੇ? ਸਰ, ਹਿਸਟਰੀ, ਸੋਸ਼ੋਲੋਜੀ ਹੋ ਗਿਆ, ਇੰਗਲਿਸ਼ ਹੋ ਗਈ, ਇੱਦਾਂ ਦੇ ਸਬਜੈਕਟ ਹੈਗੇ ਜਿਸ ਕਾਰਨ ਵੀ ਸਾਡੀ ਪੜ੍ਹਾਈ ਵਧੀਆ ਨਹੀਂ ਹੋ ਰਹੀ। ਹੁਣ ਤੁਸੀਂ ਕੀ ਮੰਗ ਕਰਦੇ ਹੋ? ਸਰ, ਮੈਂ ਸਰਕਾਰ ਨੂੰ ਇਹ ਮੰਗ ਕਰਾਂਗੀ ਅਤੇ ਜਲਦੀ ਤੋਂ ਜਲਦੀ ਇੱਥੇ ਲੈਕਚਰਾਰ ਭੇਜੇ ਜਾਣ ਤਾਂ ਜੋ ਸਾਡੀ ਪੜ੍ਹਾਈ ਹੈ ਜਿਹੜੀ ਉਹ ਚੱਲਦੀ ਰਹੇ ਵਧੀਆ ਢੰਗ ਨਾਲ। ਕਿੰਨੇ ਸਕੂਲਾਂ ਦੇ ਬੱਚੇ ਇੱਥੇ ਆਉਂਦੇ? ਸਰ, ਇੱਥੇ 3 ਸਕੂਲਾਂ ਦੇ ਬੱਚੇ ਆਉਂਦੇ ਨੇ। ਪੇਪਰ ਨੇੜੇ ਆਉਣ ਲੱਗੇ ਆ, ਤੁਹਾਨੂੰ ਲੱਗਦਾ ਨਹੀਂ ਵੀ ਥੋੜੀ ਪੜ੍ਹਾਈ 'ਤੇ ਅਸਰ ਪਏਗਾ? ਸਰ, ਪੜ੍ਹਾਈ 'ਤੇ ਤਾਂ ਅਸਰ ਪੈ ਹੀ ਰਿਹਾ, ਉਹ ਤਾਂ ਸਾਰੇ ਦੇਖ ਰਹੇ ਨੇ ਕਿ ਪੜ੍ਹਾਈ 'ਤੇ ਅਸਰ ਪੈ ਰਿਹਾ ਹੈਗਾ, ਪਰ ਫਿਰ ਵੀ ਅਸੀਂ ਮਤਲਬ ਕਿ ਪੜ੍ਹਦੇ ਰਹਿੰਦੇ ਹਾਂਗੇ ਵੀ ਚਲੋ ਨੁਕਸਾਨ ਤਾਂ ਨਾ ਹੋਵੇ, ਹੈ ਨਾ, ਪਰ ਸਾਨੂੰ ਫਿਰ ਵੀ ਇਹ ਉਮੀਦ ਹੈਗੀ ਹੈ ਕਿ ਸਰਕਾਰ ਭੇਜੇਗੀ ਭੇਜੇਗੀ, ਪਰ ਜਿਸ ਹਿਸਾਬ ਨਾਲ ਦੇਖਿਆ ਜਾ ਰਿਹਾ ਕਿ 6 ਮਹੀਨੇ ਲੰਘ ਚੁੱਕੇ ਨੇ, ਪਰ ਬਸ ਫਿਰ ਵੀ ਉਮੀਦ ਰੱਖੀ ਜਾ ਚੁੱਕੀ ਹੈ। ਸਰ, ਉਰੇ ਸਾਨੂੰ ਮੇਨ ਸਮੱਸਿਆ ਇਹ ਆ ਰਹੀ ਹੈ ਕਿ ਸਾਡੇ ਸਕੂਲ ਵਿੱਚ ਕੁੱਲ 5 ਪੋਸਟਾਂ ਲੈਕਚਰਾਰ ਦੀਆਂ ਖਾਲੀਆਂ ਨੇ ਅਤੇ 4 ਪੋਸਟਾਂ ਮਾਸਟਰ ਕੈਡਰ ਦੀਆਂ ਖਾਲੀ ਨੇ, ਅਤੇ ਕੁੱਲ ਸਾਡੇ ਲਵੇ ਉਰੇ 19 ਟੀਚਰ 29 ਪੋਸਟਾਂ ਨੇ, ਜਿਨ੍ਹਾਂ ਵਿੱਚੋਂ 19 ਟੀਚਰ ਸਾਡੇ ਲਈ ਅਵੇਲੇਬਲ ਨੇ ਅਤੇ ਬਾਕੀ ਜਿਹੜੀਆਂ 10 ਪੋਸਟਾਂ ਨੇ ਉਹ ਖਾਲੀ ਆ ਰਹੀਆਂ ਨੇ। ਅਤੇ ਇਸ ਲਈ ਸਰ ਮੇਰੀ ਮੇਨ ਰਿਕੁਐਸਟ ਪੰਜਾਬ ਸਰਕਾਰ ਨੂੰ ਇਹੀ ਅਪੀਲ ਹੈ ਕਿ ਸਾਡੇ ਸਕੂਲ ਦੀਆਂ 5 ਜਿਹੜੀਆਂ ਮਾਸਟਰ ਲੈਕਚਰਾਰ ਦੀਆਂ ਪੋਸਟਾਂ ਨੇ ਉਹ ਭਰੀਆਂ ਜਾਣ ਅਤੇ 4 ਮਾਸਟਰ ਕੈਡਰ ਦੀਆਂ ਨੇ ਉਹ ਪੂਰੀਆਂ ਕੀਤੀਆਂ ਜਾਣ। ਕੀ ਤੁਹਾਡੇ ਹੁਣ ਪੀਰੀਅਡ ਲੱਗਦੇ ਨਹੀਂ ਹੈਗੇ? ਹਾਂ, ਨਹੀਂ ਸਰ, ਸਾਡੇ ਪੀਰੀਅਡ ਕਿ ਸਾਰੇ ਲੱਗਦੇ ਆ, ਪਰ ਉਹ ਸਾਡੇ ਜਿਹੜੇ ਮੇਨ ਲੈਕਚਰਾਰ ਨੇ ਉਹ ਸਾਡੇ ਕੋਲ ਅਵੇਲੇਬਲ ਨਹੀਂ ਹੈਗੇ, ਜਿਨ੍ਹਾਂ ਨਾਲ ਸਾਡੀ ਉਨੀ ਚੰਗੀ ਤਰ੍ਹਾਂ ਪੜ੍ਹਾਈ ਨਹੀਂ ਹੋ ਸਕਦੀ। ਅਤੇ ਇਸ ਲਈ ਨਾਲ ਨਾਲ ਜਦੋਂ ਉਹ ਟੀਚਰ ਸਾਡੇ ਪੀਰੀਅਡ ਲਾਉਂਦੇ ਨੇ ਤਾਂ ਉਹ ਨਿਚਲੀ ਕਲਾਸਾਂ ਵਾਲੇ ਦੇ ਪੀਰੀਅਡਾਂ ਦਾ ਨੁਕਸਾਨ ਹੋ ਰਿਹਾ, ਜਿਨ੍ਹਾਂ ਨਾਲ ਸਾਡੇ ਨਾਲ ਨਾਲ ਛੋਟੀਆਂ ਕਲਾਸਾਂ ਦਾ ਵੀ ਨੁਕਸਾਨ ਹੋ ਰਿਹਾ। ਮੈਂ ਪਿਛਲੇ 15-20 ਸਾਲਾਂ ਤੋਂ ਸਕੂਲ ਨਾਲ ਜੁੜਿਆ ਹੋਇਆ ਅਤੇ ਜਿਹੜੀ ਸਕੂਲ ਦੀ ਮਤਲਬ ਕੰਮਕਾਰ ਹੈ, ਜਿਹੜਾ ਸਾਡਾ ਸਟਾਫ ਹੈ ਉਹ ਬਹੁਤ ਵਧੀਆ ਅਤੇ ਮਿਹਨਤੀ ਸਟਾਫ ਹੈ। ਜਿਹੜਾ ਸਟਾਫ ਸਾਡੇ ਆਲੇ ਦੁਆਲੇ ਨੇੜੇ ਪਿੰਡਾਂ ਦਾ ਹੈ, ਉਹਨਾਂ ਦਾ ਮਤਲਬ ਇੱਥੋਂ ਕੋਈ ਬਦਲੀ ਕਰਾਉਣ ਦਾ ਇਰਾਦਾ ਨਹੀਂ। ਇੱਥੋਂ ਜਿਹੜੇ ਦੂਰੋਂ ਟ੍ਰਾਂਸਫਰ ਹੋ ਕੇ ਆਉਂਦੇ ਹੈ ਉਹ ਜਣੀ ਜਲਦੀ ਚਲੇ ਜਾਂਦੇ ਹੈ, ਵੀ ਹੁਣ ਜਿਹੜਾ ਸਕੂਲ ਦਾ ਮਾਹੌਲ ਹੈ ਉਹ ਬਹੁਤ ਵਧੀਆ ਹੈ। ਅਤੇ ਜਿਹੜੇ ਪ੍ਰਿੰਸੀਪਲ ਮੈਡਮ ਨਵੇਂ ਆਏ ਹੈ, ਇਹਨਾਂ ਦੇ ਬੇਸ਼ੱਕ 3 ਮਹੀਨੇ ਰਹਿੰਦੇ ਹੈ, ਇਹਨਾਂ ਨੇ ਸਾਨੂੰ ਇਸ ਗੱਲ ਦਾ ਵਿਸ਼ਵਾਸ ਦਵਾਇਆ ਵੀ ਜਿਹੜਾ ਆਪਾਂ ਹੁਣ ਕੰਮ ਹੈ ਉਹ ਰਲ ਕੇ ਕਰਾਂਗੇ ਅਤੇ ਸਕੂਲ ਦੀ ਬਿਹਤਰੀ ਵਾਸਤੇ ਕਰਾਂਗੇ। ਮੈਡਮ ਜਦੋਂ ਆਏ ਨੇ ਇਹਨਾਂ ਨੇ ਸਾਨੂੰ ਬੁਲਾ ਕੇ ਸਕੂਲ ਦਾ ਦੌਰਾ ਕੀਤਾ, ਇਹਨਾਂ ਨੇ ਜਿਹੜੀਆਂ ਸਮੱਸਿਆਵਾਂ ਦੱਸੀਆਂ ਵੀ ਸਕੂਲ ਦਾ ਸਫਾਈ ਦਾ ਥੋੜ੍ਹਾ ਜਿਹਾ ਕਰਨ ਵਾਲਾ, ਤਾਂ ਅਸੀਂ ਪਿੰਡ ਦੇ ਵਿੱਚੋਂ 50 ਮਤਲਬ ਵਰਕਰ ਲਿਆ ਕੇ ਨਾਲ ਦੇ ਨਾਲ ਸਾਰੇ ਸਕੂਲ ਦੀ ਸਫਾਈ ਕਰਾਈ ਹੈ। ਅਤੇ ਸਾਡੀ ਸਰਕਾਰ ਤੋਂ ਇੱਕ ਮੰਗ ਹੈ ਵੀ ਜਿਹੜੇ +1 +2 ਦੀਆਂ ਕਲਾਸਾਂ ਨੇ ਉਹਨਾਂ ਦੋਨੇ ਕਲਾਸਾਂ ਦੇ 5 ਲੈਕਚਰਾਰ ਨੇ, 5 ਦੇ 5 ਪੋਸਟਾਂ ਨੇ ਜਿਹੜੀਆਂ ਉਹ ਖਾਲੀ ਨੇ, ਅਤੇ 4 ਮਾਸਟਰ ਕੇਡਰ ਦੀਆਂ ਖਾਲੀ ਨੇ। ਜਿਹੜਾ ਕਿ ਸਾਇੰਸ ਦਾ ਵਿਸ਼ਾ ਬਹੁਤ ਜ਼ਰੂਰੀ ਹੈ, 2 ਅਧਿਆਪਕ ਨੇ, ਦੋਨੇ ਖਾਲੀ ਨੇ, 1 SS ਅਤੇ 1 ਡਰਾਇੰਗ ਟੀਚਰ ਦਾ, ਅਤੇ ਬਾਕੀ ਜਿਹੜਾ 4th ਦਰਜਾ ਹੈ ਉਹਨਾਂ ਦੀਆਂ ਪੋਸਟਾਂ ਤੋਂ ਖਾਲੀ ਨੇ। ਸੋ ਸਾਡੀ ਮੰਗ ਹੈ, ਅਸੀਂ ਪਿਛਲੇ ਵਾਰੀ ਵੀ ਲੰਮੇ ਸਮੇਂ ਤੋਂ 3 ਪਿੰਡ ਗੋਬਿੰਦਗੜ੍ਹ ਜੇਜੀਆਂ, ਗੋਬਿੰਦਗੜ੍ਹ ਖੋਖਰ ਅਤੇ ਖੋਖਰ ਕਲਾਂ, ਸਾਡਾ ਮਤਲਬ 3 ਪਿੰਡਾਂ ਦਾ ਸਕੂਲ ਪ੍ਰਤੀ ਮਤਲਬ ਰਲ ਕੇ ਚੱਲਦੇ ਹਾਂ। ਜਦੋਂ ਵੀ ਕਿਤੇ ਸਕੂਲ ਦੀ ਸਟਾਫ ਦੀ ਘਾਟ ਆਉਂਦੀ ਹੈ, ਸਾਨੂੰ 2012 ਦੇ ਵਿੱਚ ਕਾਫੀ ਵੱਡੀ ਘਾਟ ਆਈ, ਅਸੀਂ ਰੇਲਵੇ ਲਾਈਨ ਰੋਕੀ 3 ਪਿੰਡਾਂ ਨੇ ਅਤੇ ਟੀਚਰ ਪੂਰੇ ਹੋਏ। ਉਸ ਤੋਂ ਬਾਅਦ ਫਿਰ 16 ਦੇ ਵਿੱਚ ਪਿਛਲੇ 18 ਦੇ ਵਿੱਚ ਵੀ ਸਾਨੂੰ ਮਤਲਬ ਹਾਈਵੇ ਰੋਕਣਾ ਪਿਆ, ਅਤੇ ਤਾਂ ਜਾ ਕੇ ਸਾਡੀ ਕਿਤੇ ਗੱਲ ਸੁਣੀ ਜਾਂਦੀ ਹੈ। ਇੱਥੇ ਸਾਡੇ ਜ਼ਿਲ੍ਹੇ ਦੇ ਵਿੱਚ ਵਿਜਿੰਦਰ ਸਿੰਗਲਾ ਹੀ ਸਿੱਖਿਆ ਮੰਤਰੀ ਨੇ, ਤੁਸੀਂ ਕਦੇ ਉਹਨਾਂ ਤੱਕ ਪਹੁੰਚ ਕੀਤੀ ਹੈ ਵੀ ਸਾਨੂੰ ਲੈਕਚਰਾਰਾਂ ਦੀ ਘਾਟ ਜਿਹੜੀ ਪੂਰੀ ਕੀਤੀ ਜਾਵੇ? ਸਾਡੇ ਸਰਪੰਚ ਸਾਹਿਬ ਸਕੂਲ ਦੇ ਵਿੱਚ 15 ਅਗਸਤ ਮਨਾਈ ਗਈ ਹੈ, ਉਦੋਂ ਉਹਨਾਂ ਨੇ ਸਾਨੂੰ ਵਿਸ਼ਵਾਸ ਦਵਾਇਆ ਸੀ
ਵੀ ਮੇਰੀ ਮੰਤਰੀ ਸਾਹਿਬ ਨਾਲ ਗੱਲ ਹੋ ਗਈ ਅਤੇ ਵੀ ਅਸੀਂ ਮਤਲਬ ਆਉਣ ਵਾਲੇ ਦੋ ਦਿਨਾਂ ਦੇ ਵਿੱਚ ਜਿਹੜਾ ਸਟਾਫ ਹੈ ਉਹ ਪੂਰਾ ਹੋ ਜੂ। ਪਰ ਹਲੇ ਤੱਕ ਜਿਹੜਾ ਸਟਾਫ ਹੈ ਪੂਰਾ ਹੋਣ ਦੀ ਬਜਾਏ ਉਹਨਾਂ 'ਚੋਂ ਦੋ ਟੀਚਰ ਹੋਰ ਚਲੇ ਗਏ। ਸੋ ਜੇ ਇਹ ਸਾਡੀ ਮੰਗ ਨਾ ਪੂਰੀ ਕੀਤੀ ਤਾਂ ਜਿਹੜੇ 5 ਲੈਕਚਰਾਰ ਹੈ ਜਾਂ ਜਿਹੜਾ ਸਟਾਫ ਘੱਟ ਹੈ, ਜਿਵੇਂ ਅਸੀਂ ਪਿਛਲੇ ਸਮੇਂ ਦੇ ਵਿੱਚ ਸਕੂਲ ਬੰਦ ਕਰਕੇ ਹਾਈਵੇ ਰੋਕਿਆ, ਰੇਲਵੇ ਲਾਈਨ ਰੋਕੀ ਹੈ, ਜੇ ਸਾਨੂੰ ਕੁਛ ਇਹੋ ਜਿਹਾ ਕਰਨਾ ਪਿਆ ਤਿੰਨੇ ਪਿੰਡਾਂ ਨੂੰ ਰਲ ਕੇ ਤਾਂ ਉਹ ਕਰਾਂਗੇ। ਬਾਕੀ ਜਿਹੜਾ ਹੁਣ ਤੱਕ ਦਾ ਸਟਾਫ ਹੈ ਉਹ ਬਹੁਤ ਵਧੀਆ ਸਟਾਫ ਆ, ਵਧੀਆ ਰਿਜ਼ਲਟ ਹੈ। ਵਿੱਚ ਤਿੰਨੇ ਪਿੰਡ ਰਲ ਕੇ ਨਾਲ ਸਟਾਫ, ਇਹਨਾਂ ਦੀ ਸਾਰਿਆਂ ਦੀ ਸਹਿਮਤੀ ਨਾਲ ਅਸੀਂ ਸਕੂਲ ਨੂੰ ਬਹੁਤ ਵਧੀਆ ਚਲਾਈ ਵਗੇ ਆ ਰਹੇ ਅਤੇ ਚੱਲੀ ਵੀ ਜਾਂਦਾ ਵਧੀਆ। ਅਤੇ ਹੁਣ ਕੀ ਘਾਟ ਹੈ? ਹੁਣ ਘਾਟ ਇਹ ਹੈ, ਜਿਹੜੇ 5 ਲੈਕਚਰਾਰ ਨੇਗੇ, ਇਹ 5 ਲੈਕਚਰਾਰ ਹੈ ਰਹੇ, 5 ਪੋਸਟਾਂ ਇਹ ਖਾਲੀ ਪਈਆਂ ਨੇਗੀਆਂ। ਅਤੇ ਜਿਹੜੀਆਂ 2 ਵੱਡੀਆਂ ਕਲਾਸਾਂ ਨੇ ਪਲੱਸ 1 ਅਤੇ ਪਲੱਸ 2, ਅਤੇ ਇਹਨਾਂ ਨੂੰ ਪੜ੍ਹਾਉਣ ਵਾਸਤੇ ਵਿੱਚੋਂ ਇਹ ਟਾਈਮ ਕੱਢ ਕੇ ਇਹਨਾਂ ਦੇ ਪੀਰੀਅਡ ਲਾਉਂਦੇ ਨੇ ਇਹੀ ਟੀਚਰ, ਤਾਂ ਕਰਕੇ ਇਹ ਛੋਟੀਆਂ ਕਲਾਸਾਂ 'ਤੇ ਅਸਰ ਪੈਂਦਾ। ਪਹਿਲਾਂ ਵੀ ਅਸੀਂ ਨੇ ਦੱਸਿਆ ਹੈਗਾ ਵੀ ਇਹ ਛੋਟੀਆਂ ਕਲਾਸਾਂ 'ਤੇ ਅਸਰ ਪੈਂਦਾ ਗਾ, ਉਹਨਾਂ ਦੀ ਪੜ੍ਹਾਈ ਨਹੀਂ ਹੋ ਰਹੀ ਪੂਰੀ ਅਤੇ ਵੱਡਿਆਂ ਦੀ ਵੀ ਨਹੀਂ ਪੜ੍ਹਾਈ ਹੈਗੀ, ਪਲੱਸ 2 ਅਤੇ ਪਲੱਸ 1 ਦੋਨਾਂ ਦਾ ਨੁਕਸਾਨ ਹੋ ਰਿਹਾ। ਇਹਨਾਂ ਕਰਕੇ ਛੋਟੀਆਂ ਕਲਾਸਾਂ ਦੇ ਵੀ ਨੁਕਸਾਨ ਹੋ ਰਿਹਾ। ਅਤੇ ਜੋ ਇਹ ਆਪਣਾ ਪ੍ਰਿੰਸੀਪਲ ਨੇ, ਅਸੀਂ ਇਹਨਾਂ ਵਾਸਤੇ ਵੀ ਇਹੀ ਕਹਿੰਦੇ ਹਾਂ ਵੀ ਇਹ ਕੋਈ ਦੁਬਾਰੇ ਕਿਸੇ ਪਾਸੇ ਬਦਲੀ ਕਰਾ ਕੇ ਨਾ ਜਾਣ। ਸਾਨੂੰ ਪ੍ਰਿੰਸੀਪਲ ਮਸਾਂ ਮਿਲਦਾ ਹੈਗਾ, ਮਸਾਂ ਲੈ ਕੇ ਆਉਂਦੇ ਹਾਂ ਹਾੜੇ ਕੱਢ ਕੇ ਵੀ ਸਾਡੇ ਪ੍ਰਿੰਸੀਪਲ ਮਸਾਂ ਹੈ, ਅਤੇ ਇਹ ਗਾਹਾਂ ਵਾਸਤੇ ਅਸੀਂ ਇਹਦੀ ਇਹੀ ਮੰਗ ਕਰ ਰਹੇ ਹਾਂ ਵੀ ਗਾਹਾਂ ਵਾਸਤੇ ਇਹ ਬਦਲੀ ਕਰਾ ਕੇ ਨਾ ਜਾਣ। ਪਿੱਛੇ ਬੱਚਿਆਂ ਤੋਂ ਅਸੀਂ ਨੇ ਸੁਣ ਕੇ ਕਹਿਤਾ ਦੀਆਂ ਵੀ ਐਂ ਕਰਕੇ ਇਹ 3-4 ਮਹੀਨੇ ਇਹਨਾਂ ਦੇ ਰਿਟਾਇਰਮੈਂਟ ਦੇ ਨੇ, 3-4 ਮਹੀਨੇ ਛੁੱਟੀ ਦੇਵਾਂਗੇ, ਤਾਂ ਉਹ ਫਿਰ ਸਾਨੂੰ ਕੋਈ ਫਾਇਦਾ ਨਹੀਂ ਮਿਲਦਾ ਦੀਆਂ। ਹੁਣ ਪ੍ਰਿੰਸੀਪਲ ਨੇ ਆ ਕੇ ਸਾਨੂੰ ਵਿਸ਼ਵਾਸ ਦਵਾਇਆ ਵੀ ਅਸੀਂ ਕਿਸੇ ਛੁੱਟੀ 'ਤੇ ਨਹੀਂ ਜਾਵਾਂਗੇ, ਜੇ ਨਹੀਂ ਛੁੱਟੀ 'ਤੇ ਜਾਣਗੇ ਸਾਨੂੰ ਕੋਈ ਇਤਰਾਜ਼ ਨਹੀਂ, ਸਾਡੇ ਨਾਲ ਮਿਲ ਕੇ ਚੱਲਣਗੇ, ਅਸੀਂ ਇਹਨਾਂ ਨਾਲ ਮਿਲ ਕੇ ਚੱਲਾਂਗੇ। ਸਰਕਾਰ ਤੋਂ ਕੀ ਮੰਗ ਕਰਦੇ ਹੋ? ਸਰਕਾਰ ਤੋਂ ਅਸੀਂ ਇਹੀ ਮੰਗ ਕਰਦੇ ਹਾਂ ਵੀ ਸਰਕਾਰ ਜਿਹੜੇ ਸਾਡੇ ਟੀਚਰ ਨੇਗੇ, ਆਪਣੇ 4 ਮਾਸਟਰ ਘੱਟ ਨੇਗੇ ਇਹ ਸਾਡੇ ਮਿਲ ਜਾਣ, ਅਤੇ 5 ਲੈਕਚਰਾਰ ਨੇਗੇ ਇਹ ਸਾਡੇ ਮਿਲ ਜਾਣ, ਅਤੇ ਬੱਚਿਆਂ ਦੀ ਪਲੱਸ 1 ਅਤੇ ਪਲੱਸ 2 ਦੀ ਪੜ੍ਹਾਈ ਵਧੀਆ 100% ਸਹੀ ਆਵੇ। ਮੈਨੂੰ ਰੇ 11 ਸਾਲ ਹੋ ਗਏ ਪੜ੍ਹਾਉਂਦੇ ਨੂੰ, ਅਤੇ ਮਾਸਟਰ ਕੈਡਰ ਲਗਭਗ ਸਾਡਾ ਪੂਰਾ 4 ਪੋਸਟਾਂ ਮਾਸਟਰ ਕੈਡਰ ਖਾਲੀ ਨੇ, ਲੈਕਚਰਾਰ ਕੈਡਰ ਸਾਡਾ ਖਾਲੀ ਹੈ। ਜਿੰਨੇ ਅਸੀਂ ਅਧਿਆਪਕ ਹੈਗੇ ਪੂਰੇ ਤਨਦੇਹੀ ਨਾਲ ਬੱਚੇ ਪੜ੍ਹਾ ਰਹੇ ਹਾਂ, ਅਤੇ ਸਾਰੇ ਬੱਚੇ ਸਾਰੇ ਟੀਚਰ ਆ ਵੀ ਰਹੇ ਨੇ, ਬੱਚੇ ਵੀ ਆ ਰਹੇ ਨੇ, ਅਤੇ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ। ਅਤੇ ਜਿੰਨੇ ਮੈਨੂੰ ਖੁਦ ਉਰੇ ਪੜ੍ਹਾਉਂਦੇ ਨੂੰ 11 ਸਾਲ ਹੋ ਗਏ ਨੇ, ਬਲਕਿ 11 ਸਾਲ ਤੋਂ ਉੱਪਰ ਹੋ ਗਿਆ, ਅਤੇ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਹੈ। ਜਿੰਨੇ ਅਸੀਂ ਟੀਚਰ ਹੈ ਉਰੇ ਉਹ ਅਸੀਂ ਪੂਰੀ ਮਿਹਨਤ ਨਾਲ ਅਤੇ ਤਨਦੇਹੀ ਨਾਲ ਬੱਚਿਆਂ ਨੂੰ ਪੜ੍ਹਾ ਰਹੇ ਹਾਂ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੋਬਿੰਦਗੜ੍ਹ ਖੋਕਰ ਹੈ। ਇੱਥੇ ਮੇਨ ਜਿਹੜੀ ਸਾਨੂੰ ਪ੍ਰੋਬਲਮ ਹੈਗੀ ਆ ਉਹ ਸਾਡੇ 5 ਲੈਕਚਰਰ ਜਿਹੜੇ ਪਲੱਸ 1 ਅਤੇ ਪਲੱਸ 2 ਨੂੰ ਪੜ੍ਹਾਉਣ ਵਾਲੇ ਆ, ਉਹ ਪੋਸਟਾਂ ਖਾਲੀ ਪਈਆਂ ਨੇ, ਅਤੇ ਸਾਡੀ ਇਹੀ ਸਰਕਾਰ 'ਤੇ ਮੰਗ ਹੈ ਕਿ ਸਾਡੀਆਂ ਜਿਹੜੇ ਲੈਕਚਰਰ ਦੀਆਂ ਪੋਸਟਾਂ ਉਹ ਜ਼ਰੂਰ ਭਰੀਆਂ ਜਾਣ। ਬਾਕੀ ਸਾਡੇ ਕੋਲ 29 ਦਾ ਸਟਾਫ ਹੈ, 29 ਦੇ ਵਿੱਚੋਂ 9 ਪੋਸਟਾਂ ਖਾਲੀ ਨੇ, 5 ਸਾਡੀਆਂ ਲੈਕਚਰਰ ਦੀਆਂ ਅਤੇ 4 ਸਾਡੀਆਂ ਮਾਸਟਰ ਕੈਡਰ ਦੀਆਂ, ਜਿਹਦੇ ਵਿੱਚੋਂ 2 ਸਾਇੰਸ ਦੀਆਂ ਨੇ, ਇਹ ਇੱਕ ਡਰਾਇੰਗ ਦੀ ਹੈ ਅਤੇ ਇੱਕ ਐਸ ਐਸ ਦੀ ਹੈ। ਅਤੇ ਜੇ ਇਹ ਵੀ ਪੋਸਟਾਂ ਸਾਰੀਆਂ ਭਰੀਆਂ ਜਾਣ, ਅਜੇ ਕਿ ਸਾਡਾ ਕੰਮ ਬਹੁਤ ਅੱਛਾ ਚੱਲ ਰਿਹਾ, ਮੈਨੂੰ ਕੋਈ ਇਹਦੇ ਵਿੱਚ ਦੋ ਰਾਇਆ ਨਹੀਂ ਹੈਗੀਆਂ ਵੀ ਸੀਨੀਅਰ ਕਲਾਸਿਸ ਵੀ ਸਾਡੇ ਟੀਚਰ ਲੈ ਰਹੇ ਆ, ਪਰ ਵਿਸ਼ੇ ਦਾ ਜੋ ਮਾਹਰ ਜੇ ਵੱਡੀਆਂ ਕਲਾਸਾਂ ਲੈਂਦਾ ਤਾਂ ਉਹ ਉਦੋਂ ਵੀ ਵਧੀਆ ਸੋਨੇ ਦੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਹੈ। ਅਤੇ ਇਹ ਪੋਸਟਾਂ ਭਰਨ ਵਾਸਤੇ ਹੀ ਸਾਡੀ ਗੱਲ ਹੈ। ਜੇ ਕੋਈ ਨਿਊਜ਼ ਲੱਗੀ ਹੈ ਕੋਈ ਵੀ ਕਿਸੇ ਤਰ੍ਹਾਂ ਦੀ, ਮੈਨੂੰ ਪਤਾ ਲੱਗਿਆ ਹਾਂ ਉਹਨਾਂ ਨੇ ਨਿਊਜ਼ ਇਹੀ ਲਾਈ ਹੈ ਵੀ ਟੀਚਰ ਹੀ ਨਹੀਂ ਹੈਗੇ, ਐਸੀ ਕੋਈ ਗੱਲ ਨਹੀਂ ਹੈ, ਟੀਚਰ ਸਾਡੇ ਹੈਗੇ ਨੇ, ਬਹੁਤ ਮਿਹਨਤੀ ਨੇ।
ਅਤੇ ਬਹੁਤ ਮਿਹਨਤ ਨਾਲ ਕੰਮ ਕਰਾਉਂਦੇ ਨੇ। ਮੈਂ ਤਾਂ ਇਸ ਸਕੂਲ ਦੇ ਵਿੱਚ ਆ ਕੇ ਜੋ ਮੈਨੂੰ ਅਜੇ ਕਿ ਮੈਂ ਸਕੂਲ ਵਿੱਚ ਜੋਬ ਨਹੀਂ ਕੀਤੀ ਪਰ ਸਕੂਲ ਵਿੱਚ ਆ ਕੇ ਮੈਨੂੰ ਬਹੁਤ ਖੁਸ਼ੀ ਮਿਲੀ ਹੈ ਕਿ ਸਾਰਾ ਪਿੰਡ ਮੇਰੇ ਨਾਲ ਹੈ, ਸਾਰੀਆਂ ਪੰਚਾਇਤਾਂ ਮੇਰੇ ਨਾਲ ਨੇ, ਸਕੂਲ ਦੇ ਟੀਚਰ ਮੇਰੇ ਨਾਲ। ਉਹਨਾਂ ਨੂੰ ਅਸੀਂ ਜਿਹੜੇ ਸਬਜੈਕਟ ਦੇਖ ਕੇ ਜਿਹੜੇ ਵੀ ਉਸ ਵਿਸ਼ੇ ਨੂੰ ਪੜ੍ਹਾ ਸਕਦੇ ਨੇ ਉਹਨਾਂ ਦੇ ਪੀਰੀਅਡ ਉਹਨਾਂ ਨੂੰ ਪਰਮਾਨੈਂਟ ਲਾਏ ਹੋਏ ਨੇ। ਇਹ ਨਹੀਂ ਕਿ ਉਂਝ ਐਡਜਸਟਮੈਂਟ ਕੀਤੀ ਹੋਈ ਹੈ, ਪਰਮਾਨੈਂਟ ਉਹਨਾਂ ਨੂੰ ਕਲਾਸ ਟੀਚਰ ਵੀ ਬਣਾਏ ਹੋਏ ਹੈ, ਪਰਮਾਨੈਂਟ ਪੀਰੀਅਡ ਵੀ ਦਿੱਤੇ ਹੋਏ ਹੈ ਉਹਨਾਂ ਨੂੰ, ਛੋਟੀਆਂ ਕਲਾਸਾਂ ਵਿੱਚ ਘੱਟ ਪੀਰੀਅਡ ਦਿੱਤੇ ਹੋਏ ਹੈ ਜਿਨ੍ਹਾਂ ਨੂੰ ਵੱਡੀਆਂ ਕਲਾਸਾਂ ਦਿੱਤੇ ਹੋਏ। ਹਾਂਜੀ ਬਿਲਕੁਲ ਚੈੱਕ ਕਰ ਲਓ, ਜੇ ਪੁੱਛ ਲਓ ਬੱਚਿਆਂ ਨੂੰ ਪੁੱਛ ਲਓ ਵੀ ਕਿਹੜਾ ਸਬਜੈਕਟ ਕਿਹੜਾ ਟੀਚਰ ਬਣਾਉਂਦਾ। ਮੇਰੇ 4 ਮਹੀਨੇ ਤਾਂ ਰਹਿੰਦੇ ਵੀ ਨਹੀਂ ਹੈਗੇ, 4 ਮਹੀਨੇ ਤਾਂ ਮੇਰੇ ਰਹਿੰਦੇ ਵੀ ਨਹੀਂ ਹੈਗੇ ਰਿਟਾਇਰਮੈਂਟ ਹੋਣ ਦੇ ਵਿੱਚ, ਅਤੇ ਪਤਾ ਨਹੀਂ ਕਿਸ ਤਰ੍ਹਾਂ ਲੱਗੀ ਹੈ ਨਿਊਜ਼ ਮੈਨੂੰ ਨਹੀਂ।